ਹਰ ਪਾਸੇ ਕਰੋਨਾ ਵਾਇਰਸ ਦੀ ਹਾਹਾਕਾਰ ਹੈ ਲੋਕਾਂ 'ਚ ਪੂਰਾ ਖੌਫ ਹੈ ਲੋਕ ਤੜਲੇ ਨਾਲ 마ਸਕ ਖਰੀਦ ਰਹੇ ਨੇ ਸੈਨੀਟਾਈਜ਼ਰ ਦੀ ਬਾਜ਼ਾਰ 'ਚ ਪੂਰੀ ਡਿਮਾਂਡ ਹੈ ਮੀਡੀਆ ਦੇ ਐਂਕਰ ਕਿਸੇ ਮਾਹਿਰ ਡਾਕਟਰ ਵਾਂਗ ਲੋਕਾਂ ਨੂੰ ਕਰੋਨਾ ਵਾਇਰਸ ਦੇ ਲੱਛਣ ਤੋਂ ਲੈ ਕੇ ਬਚਾਅ ਦੇ ਤਰੀਕੇ ਸਮਝਾ ਰਹੇ ਨੇ ਤਾਂ ਸੋਸ਼ਲ ਮੀਡੀਆ 'ਤੇ ਵੀ ਕਰੋਨਾ ਵਾਇਰਸ ਕਰੋਨਾ ਵਾਇਰਸ ਹੋਈ ਪਈ ਹੈ ਪਰ ਇਸ ਦਰਮਿਆਨ ਇਸ ਸਿੱਖ ਡਾਕਟਰ ਵੱਲੋਂ ਹਰ ਪਰਮਪੁਲੇਖੇ ਨੂੰ ਦੂਰ ਕਰਦੀ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਰੋਨਾ ਵਾਇਰਸ ਬਾਰੇ ਫਲਾਈਏ ਜਾ ਰਹੀਆਂ ਅਫਵਾਹਾਂ ਬਾਰੇ खुल के बयान किया है मास्क पहनना बंद कर दो प्लीज जी हाँ कोरोना वायरस मास्क से नहीं रोका जा सकता किसी किसी भी भी प्रकार के N96 या मास्क से नहीं रोका जा सकता अगर आपको होना है तो होगा बिल्कुल वैसी जैसे आपको सर्दी होगी चाहे कोई भी वैक्सीन लगा लो फ्लू वैक्सीन लगा लोगे तो भी सर्दी होगी बिकॉज 200 से ज्यादा वायरसेस हैं 200 से ज्यादा वायरसेस हैं सर्दी के फ्लू के वैसे कोरोना वायरस है वो कहीं ना कहीं से किसी ना किसी ने अगर आपकी आदत है नाक को हाथ लगाना मुंह को हाथ लगाना बिना हाथ धोए ਆਹ ਕੋਹ ਹੱਥ ਲਗਾਣਾ ਤਾਂ ਆਪਕੋ ਹੋਗਾ। ਅਗਰ ਉਹ ਆਪਕੇ ਏਰੀਆ ਮੇ ਆ ਗਿਆ ਤਾਂ ਮਾਸਕ ਨਹੀਂ ਬਚਾ ਪਾਏਗਾ ਆਪਕੋ। ਤਾਂ ਮਾਸਕ ਪੇ ਪੈਸੇ ਮਤ ਵੇਸਟ ਕਰੋ। ਸੋ ਕੋਰੋਨਾ ਵਾਇਰਸ ਤੋਂ ਇਸ ਤਰੀਕੇ ਨਾਲ ਪੈਪਿਤ ਹੋਣ ਦੀ ਲੋੜ ਨਹੀਂ। ਸਾਵਧਾਨੀ ਜ਼ਰੂਰ ਰੱਖੋ ਪਰ ਇਸ ਬਾਰੇ ਅਫਵਾਹਾਂ ਤੋਂ ਬਚੋ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।